ਪੰਜਾਬ ਵਿੱਚ ਕਾਲੇ ਦੌਰ ਦੌਰਾਨ ਫਰਜੀ ਪੁਲਿਸ ਮੁਕਾਬਲਿਆਂ ਦੇ ਇਲਜ਼ਾਮਾਂ ਦੇ ਘੇਰੇ 'ਚ ਰਹੇ ਸਾਬਕਾ ਡੀਜੀਪੀ ਇਜ਼ਹਾਰ ਆलमदाਦ ਦੇ ਹਾਦ ਹੋ ਗਿਆ ਹੈ ਖਾੜਕੂਵਾਦ ਦੇ ਦੌਰ ਦੌਰਾਨ ਆਲਮ ਸੈਨਾ ਬਣਾਉਣ ਤੇ ਉਸ ਦੇ ਤਸ਼ੱਦਦ ਦੇ ਦੌਰ ਲਈ ਬਦਨਾਮ ਇਜ਼ਹਾਰ ਆलम ਨੂੰ ਪੰਥਕ ਕਹਾਉਂਦੀ ਧਿਰ ਨੇ ਤਰੱਕੀਆਂ ਨਾਲ ਨਵਾਜਿਆ ਅਤੇ ਫਿਰ ਸਿਆਸਤ ਵਿੱਚ ਉਸ ਨੂੰ ਸਥਾਪਿਤ ਕਰਨ ਲਈ ਤਲੀਆਂ ਮਿਚਾਈਆਂ ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ ਜਾਣਕਾਰੀ ਅਨੁਸਾਰ ਉਸ ਨੂੰ ਆਪਣੇ ਘਰ ਤੇ ਦਿਲ ਦਾ ਦੌਰਾ ਪੈ ਗਿਆ ਅਤੇ ਹਸਪਤਾਲ ਲਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਆਨ ਦਿੱਤਾ ਗਿਆ ਉਹ ਆਪਣੇ ਪਿੱਛੇ ਪਤਨੀ ਤੇ ਨੰਨੇ ਬੇਟੇ ਦੋ ਬੇਟੀਆਂ ਛੱਡ ਗਿਆ ਹੈ ਉਸ ਦੀ ਉਮਰ 72 ਸਾਲ ਸੀ ਆਲਮ ਆਪਣੀ ਸੇਵਾ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਿਆ ਸੀ ਅਤੇ ਬਾਦਲ ਪਰਿਵਾਰ ਨਾਲ ਉਸ ਦੀ ਨਜ਼ਦੀਕੀ ਕਾਫੀ ਸੀ ਉਹਨਾਂ ਦੀ ਪਤਨੀ ਫਰਜ਼ਾਨਾ ਅਹਿਮਦ ਅਕਾਲੀ ਦਲ ਦੀ ਵਿਧਾਇਕਾ ਰਹੀ ਉਸ ਨੂੰ ਇਸਤਰੀ ਅਕਾਲੀ ਦਲ ਦੀ ਮੁਖੀ ਵੀ ਬਣਾਇਆ ਗਿਆ ਪਰ ਸਿੱਖ ਹਲਕਿਆਂ 'ਚ ਉੱਠੇ ਵਿਰੋਧ ਤੋਂ ਬਾਅਦ ਉਸ ਦਾ ਨਾਮ ਹਟਾ ਦਿੱਤਾ ਗਿਆ ਸੀ ਉਸ ਦੀ ਮੌਤ ਬਾਦਲ ਪਰਿਵਾਰ ਲਈ ਵੱਡਾ ਘਾਟਾ ਹੈ ਕਿਉਂਕਿ ਮੁ슬ਮ ਪਾਈਚਾਰੇ ਵਿੱਚ ਪਾਰਟੀ ਦਾ ਮੁਹਰੀ ਚਿਹਰਾ ਸੀ 1972 ਬੈਚ ਦੇ ਭਾਰਤੀ ਪੁਲਿਸ ਸਰਵਿਸ ਅਧਿਕਾਰੀ ਆਲਮ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ ਸੀ ਪੰਜਾਬ ਵਿੱਚ ਅਤਵਾਦ ਦੇ ਦੌਰ ਦੌਰਾਨ ਉਸ ਦਾ ਇੱਕ ਵਿਵਾਦਪੂਰਨ ਅਤੀਤ ਰਿਹਾ ਵਿਰੋਧ ਦੇ باوجود ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਲਮ ਨੂੰ 18 ਨਵੰਬਰ 2009 ਨੂੰ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਕੀਤਾ ਅਤੇ ਉਹ ਨੂੰ ਪੰਜਾਬ ਵਾਹ ਬੋਰਡ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਸੀ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਫਰਜ਼ਾਨਾ ਨੇ ਮਲੇਰਕੋਟਲਾ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਜਿੱਤ ਹਾਸਲ ਕਰਦਿਆਂ ਕਾਂਗਰਸ ਦੀ ਰੱਈਆ ਸੁਲਤਾਨਾ ਨੂੰ ਹਰਾਇਆ ਸੀ ਇਜਹਾਰ ਆਲਮ ਦਾ ਇਸ ਜ਼ਿਕਰ ਪੰਜਾਬ ਦੇ ਉਸ ਕਾਲੇ ਦੌਰ ਨਾਲ ਜੁੜਦਾ ਹੈ ਪਰਸੀਆ ਬੁਰਸ਼ਾਦਰਦੀ ਵਾਲੇ ਆਲਾ ਅਧਿਕਾਰੀਆਂ ਦੀ ਫਿਹਰਿਸਤ ਵਿੱਚ ਉਹ ਵੀ ਸ਼ਾਮਲ ਰਿਹਾ ਹੈ ਉਸ ਦੀ ਆਲਮ ਸੈਨਾ ਦੀ ਬਦਨਾਮ ਸਾਖ ਸਵਾਲਾਂ ਚ ਰਹੀ ਹੈ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ